ਅਜੇ ਤੇ ਕਹਿੰਦੇ ਪੁੱਤਰ ਮੁੜਿਆ ਮੈਨੂੰ ਤੈਨੂੰ ਸਾਫ਼ ਚਾਹੀਦਾ, ਮੈਂ ਕੋਈ ਮੈਨੂੰ ਲਾਂਝਾ ਨਹੀਂ ਹੋ, ਮੈਨੂੰ ਤਾਂ ਚਾਹੀਦਾ ਮੇਰੇ ਪੁੱਤਰ ਦਾ ਕਾਤਲ ਹੀ ਲੱਭੇ ਤਾਂ ਮੈਨੂੰ ਇਨਸਾਫ਼ ਮੇਰੇ ਨਾਲ ਹੋ ਜਾਵੇ। ਜਦੋਂ ਫੁੱਫੜਾਂ ਕੋਲ ਤੇ ਮਾਮਿਆਂ ਕੋਲ ਜਾ ਕੇ ਲਾਹੌਰ ਕਰਦਾ ਤੇ ਮਾਮਾ ਉਹਦਾ ਫੌਤ ਹੋ ਗਿਆ ਤੇ ਉਹਨੇ ਫਿਰ ਇੱਥੇ ਆ ਕੇ ਦੁਕਾਨ ਆਪਦੀ ਪਾ ਲਈ। ਮਤਲਬ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ? ਕੋਈ ਦੁਸ਼ਮਣੀ ਨਹੀਂ, ਕਿਸੇ ਦਾ ਕੋਈ ਸ਼ੱਕ ਵੀ ਨਹੀਂ ਹੈਗਾ? ਨਹੀਂ, ਸਾਨੂੰ ਸ਼ੱਕ ਵੀ ਕਿਸੇ ਸਾਨੂੰ ਸਾਫ਼ ਚਾਹੀਦੀ। ਮੇਰੀਆਂ ਅੱਖਾਂ ਅੱਗੇ ਆ ਜਾ ਵਿਆਹ ਮੇਰੇ ਪੁੱਤਰ ਦਾ ਕਾਤਲ ਹੈ ਤੇ ਚਲੋ ਅਸੀਂ ਅੱਗੇ ਆਪਦਾ ਪਾ ਕਰ ਲਈਏ। ਮਤਲਬ ਤੁਹਾਨੂੰ ਇਹ ਕਿ ਪਤਾ ਚੱਲਣਾ ਚਾਹੀਦਾ ਕਿ ਸਾਨੂੰ ਪਤਾ ਚੱਲਣਾ ਚਾਹੀਦਾ ਕਿਉਂ ਕੀਤਾ, ਕਿਉਂ ਕੀਤਾ ਗਿਆ, ਕਿ ਅਸੀਂ ਨਾ ਸਾਡਾ ਕੋਈ ਦੁੱਖ ਨਾ ਰੰਜ ਕਿਸੇ ਦੇ ਨਾਲ, ਸਾਡਾ ਦੌਰ ਸਾਰਾ ਹੀ ਨਹੀਂ ਹੈਗਾ। ਠੀਕ, ਕਿੰਨੀਆਂ ਬੇਟੀਆਂ ਨੇ? 5 ਬੇਟੀਆਂ ਤੇ 3 ਭੈਣਾਂ ਤੇ 1 ਬੇਟਾ ਤੇ ਸਾਰਾ ਟੱਬਰ ਅਸੀਂ ਆਉਂਦੇ ਪੱਲੇ। ਮੇਰੇ ਬੁਸੂ ਹੋ ਗਏ ਹੈ ਕੰਮ ਤੇ, ਵਾਪਿਸ ਨਹੀਂ ਆਏ, ਪਤਾ ਨਹੀਂ ਕਿਆ ਹੋਇਆ, ਕਿਸਨੇ ਮਾਰਾ, ਕਿਆ ਕੀਆ, ਕੁਛ ਪਤਾ ਨਹੀਂ ਹਮੇ। ਬੂਆ ਖੋਲੋ, ਹਮ ਇਨਸਾਫ ਚਾਹੀਏ, ਹਮਾਰੇ ਸਾਥ ਪੂਰਾ ਤਾਮਨ ਹੋਣਾ ਚਾਹੀਏ, ਕਾਤਲ ਵੀ ਮਿਲਨੇ ਚਾਹੀਏ ਹਮੇ, ਨਜ਼ਦੀਕ ਕਰੇ ਮਾਈ, ਪੂਰਾ ਪਤਾ ਚੱਲਣਾ ਚਾਹੀਏ ਕਿਸਨੇ ਮਾਰਾ ਇਤਨਾ ਬੇਦਰਦੀ ਕੇ ਸਾਥ ਮੇਰੇ ਅੱਬੂ ਕੋ। ਤੋ ਜਬ ਪਤਾ ਚਲਾ ਤੋ ਉਸਕੇ ਬਾਅਦ ਉਨਕੋ ਲੇਨੇ ਕੌਣ ਗਿਆ ਉਧਰ? ਸਾਰੇ ਗਏ, ਫੋਨ ਆਇਆ ਹਮੇ SHO ਕਾ, ਉਹਨੇ ਕਿਹਾ ਹਮੇ ਡੈਥ ਬੋਡੀ ਮਿਲੀ ਹੈ ਜਵੇਦ ਸਾਹਿਬ ਕੀ, ਆ ਕੇ ਆਪ ਦੇਖ ਲੇ, ਹਮ ਸਾਰੇ ਗਏ ਉਧਰ। ਕਿਸੇ ਪੇ ਕੋਈ ਸ਼ੱਕ ਨਹੀਂ ਹੈ? ਕੋਈ ਸ਼ੱਕ ਨਹੀਂ ਕਿਸੇ ਪੇ, ਕੋਈ ਹਮਾਰਾ ਦੁਸ਼ਮਨ ਬਾਤ ਸ਼ੇਅਰ ਕੀ ਹੋ ਕੇ ਮੇਰੀ ਕਿਸੇ ਕੇ ਸਾਥ ਲੜਾਈ? ਕਭੀ ਸ਼ੇਅਰ ਨਹੀਂ ਕੀ, ਕੋਈ ਐਸਾ ਦੁਸ਼ਮਨ ਹੈ ਹੀ ਨਹੀਂ ਥਾ ਹਮਾਰਾ, ਦੁਸ਼ਮਣੀ ਨਹੀਂ ਹੈ। ਤੋ ਫਿਰ ਆਪਕੋ ਕਿਸੇ ਪੇ ਸ਼ੱਕ ਹੈ ਕਿ ਕਿਸਨੇ ਮਾਰਾ ਹੋਗਾ? ਨਹੀਂ ਸ਼ੱਕ, ਕਿਸੇ ਪੇ ਸ਼ੱਕ ਨਹੀਂ ਹੈ। ਰੋਜ਼ਾਨਾ 7-8 ਵਜੇ ਆ ਜਾਤੇ ਥੇ? ਹਾਂ, 8 ਵਜੇ ਇਤਨੇ ਟਾਈਮ ਤੇ ਆ ਜਾਤੇ ਥੇ ਘਰ। ਉਸ ਦਿਨ ਬੇਟੇ ਕੋ ਪਹਿਲੇ ਭੇਜ ਦਿਆ, ਬੇਟਾ ਆਪ ਘਰ ਚਲੇ ਜਾਓ, ਮੈਂ ਥੋੜ੍ਹੀ ਦੇਰ ਬਾਅਦ ਆਤਾ ਹੂੰ ਥੋੜ੍ਹਾ ਸਾ ਕੰਮ ਕਰਕੇ। ਤੋ ਵਾਪਸ ਹੀ ਨਹੀਂ ਆਏ, ਫੋਨ ਕੀਆ ਇੱਕ ਦਫ਼ਾ ਕਿ ਮੈਂ ਆ ਰਹਾ ਹੂੰ, ਉਸਕੇ ਬਾਅਦ ਕੋਈ ਫੋਨ ਵੀ ਨਹੀਂ ਹਮੇ ਆਇਆ ਔਰ ਨਾ ਹੀ ਵੋ ਹੈ। ਹਮ ਤਕਰੀਬਨ 12 ਵਜੇ ਹਾਂ ਕੰਮ ਪੇ ਗਏ ਥੇ ਬਾਈ ਸਾਥ, ਬਾਈ ਪਹਿਲੇ ਆ ਗਏ ਹੈ ਘਰ ਔਰ ਅੱਬੂ ਨਹੀਂ ਆਏ, ਉਹਨਾਂ ਨੇ ਕਿਹਾ ਮੈਂ ਥੋੜ੍ਹੀ ਦੇਰ ਬਾਅਦ ਆਤਾ ਹੂੰ, ਆਪ ਘਰ ਜਾਓ। ਹਮ ਇੰਤਜ਼ਾਰ ਕਰਤੇ ਰਹੇ 12-1 ਵਜੇ ਤੱਕ ਇੰਤਜ਼ਾਰ ਕਰਤੇ ਰਹੇ, ਅੱਬੂ ਨਹੀਂ ਆਏ, ਉਸਕੇ ਬਾਅਦ ਹਮ ਨੇ ਤਲਾਸ਼ ਸ਼ੁਰੂ ਕਰ ਦੀ ਹੈ ਔਰ ਜਬ ਸੁਬਹ ਹਮ ਗਏ ਉਧਰ ਤੋ ਹਮੇ ਕੁਛ ਨਹੀਂ ਉਧਰ ਦਿਖਾਈ ਦਿਆ, ਫਿਰ ਹਮੇ ਫੋਨ ਆਇਆ ਕਿ ਯਹਾਂ ਪੇ ਡੈਥ ਹੋ ਗਈ। ਤਕਰੀਬਨ 6-7 ਵਜੇ, ਸੁਬਹ 7 ਵਜੇ, 7 ਵਜੇ ਫੋਨ ਆਇਆ ਕਿ ਡੈਡ ਬੋਡੀ ਮਿਲੀ ਆ। ਹਾਂਜੀ ਹਾਂਜੀ, ਆਪ ਸਭ ਤੋਂ ਬੜੀ ਹੈ ਇਨਮੇ? ਜੀ ਮੈਂ ਇਨ ਸੇ ਛੋਟੀ ਹੂੰ। ਅੱਛਾ, ਤੋ ਕਿਆ ਰੂਟੀਨ ਹੋਤੀ ਥੀ ਪਾਪਾ ਕੀ, ਮਤਲਬ ਜਾਤੇ ਥੇ ਜਬ ਕਾਮ ਪੇ ਸ਼ਾਮ ਕੋ ਆ ਕੇ? ਸੁਬਹ 9 ਵਜੇ ਚਲੇ ਜਾਤੇ ਥੇ, ਕਭੀ 8 ਵਜੇ ਵੀ ਚਲੇ ਜਾਤੇ ਥੇ, ਰਾਤ ਕੋ 8-9 ਵਜੇ ਆ ਜਾਤੇ ਥੇ। ਹਮਾਰਾ ਆਪਣਾ ਕਾਮ ਥਾ ਨਾ, ਹਮਾਰੀ ਆਪਣੀ ਦੁਕਾਨ ਥੀ ਬੈਰੀਅਰ ਟਾਊਨ ਮੇਂ, ਤੋ ਵੋ ਵਹਾਂ ਕਾਮ ਕਰਤੇ ਥੇ, ਛੋਟੇ ਭਾਈ ਕੋ ਵੀ ਸਾਥ ਰੱਖਾ ਹੁਆ ਥਾ, ਉਸੇ ਸਿਖਾ ਰਹੇ ਥੇ ਕਾਮ ਆਪਣੇ ਸਾਥ। ਅੱਛਾ, ਅਭੀ ਸਿਖਾ ਰਹੇ ਥੇ? ਜੀ ਅਭੀ ਵੋ ਸਿਖੇ ਵੀ ਨਹੀਂ। ਦੁਕਾਨ ਆਪਣੀ ਵੀ ਹੈ ਕਿਰਾਏ ਪੇ? ਕਿਰਾਏ ਪੇ ਥੀ, ਹਮਾਰੀ ਆਪਣੀ ਨਹੀਂ ਹੈ, ਬੈਰੀਅਰ ਟਾਊਨ ਮੇਂ ਕਿਰਾਏ ਪੇ ਦੁਕਾਨ ਥੀ। ਅੱਛਾ, ਤੋ ਕਿਤਨੇ ਅਰਸੇ ਸੇ ਬੈਰੀਅਰ ਟਾਊਨ ਮੇਂ ਕਾਮ ਕਰ ਰਹੇ ਥੇ? ਆਪ ਸੇ ਨਹੀਂ ਪੁੱਛਾ ਉਨਸੇ। 10-12 ਸਾਲ ਸੇ ਵੋ ਕਾਮ ਕਰ ਰਹੇ ਹੈ ਵਹਾਂ ਪੇ। ਅੱਛਾ, 10-12 ਸਾਲ ਸੇ ਕਾਮ ਕਰ ਰਹੇ ਹੈ ਜੀ। ਤੋ ਰੋਜ਼ਾਨਾ ਵੋ ਸੁਬਹ ਜਾਤੇ ਥੇ ਔਰ ਸ਼ਾਮ ਕੋ ਆ ਜਾਤੇ ਥੇ? ਜੀ ਜੀ, ਆ ਜਾਤੇ ਥੇ, ਕਭੀ ਕਭੀ ਜ਼ਿਆਦਾ ਕਾਮ ਹੋਣੇ ਕੀ ਵਜ੍ਹਾ ਸੇ ਵੋ ਰਾਤ ਕੋ ਵਹੀਂ ਪੇ ਵੀ ਰਹਿ ਜਾਤੇ ਥੇ, ਕਾਮ ਕਰਤੇ ਬਤਾ ਦੇਤੇ ਥੇ। ਹਾਂ ਜੀ, ਵੋ ਰੋਜ਼ ਬਤਾ ਦੇਤੇ ਥੇ, ਜਿਸ ਦਿਨ ਉਹਨਾਂ ਨੇ ਨਹੀਂ ਆਉਣਾ ਹੋਤਾ ਥਾ ਵੋ ਹਮੇ ਬਤਾ ਦੇਤੇ ਕਿ ਮੈਂ ਆਜ ਨਹੀਂ ਆਊਂਗਾ, ਆਪ ਘਰ ਮੇਂ ਦਰਵਾਜ਼ੇ ਬੰਦ ਕਰਕੇ ਸੋ ਜਾਣਾ, ਮੈਂ ਆਜ ਨਹੀਂ ਆਊਂਗਾ। ਤੋ ਉਸ ਦਿਨ ਹਮੇ ਬਤਾਇਆ ਹੀ ਨਹੀਂ ਹਮਾਰੇ ਪਾਪਾ ਨੇ। ਉਸ ਦਿਨ ਉਹਨਾਂ ਨੇ ਬਤਾਇਆ ਨਹੀਂ ਕਿ ਮੈਂ ਨਹੀਂ ਆਊਂਗਾ, ਉਸ ਦਿਨ ਉਹਨਾਂ ਨੇ ਕਿਹਾ ਕਿ ਮੈਂ ਆ ਰਹਾ ਹੂੰ। ਹਮ ਉਨਕਾ ਇੰਤਜ਼ਾਰ ਕਰਤੇ ਰਹੇ, ਸਾਰੀ ਰਾਤ ਹਮ ਉਨਕਾ ਇੰਤਜ਼ਾਰ ਕਰਤੇ ਰਹੇ, ਸੁਬਹ ਜਬ ਹਮੇ ਪਤਾ ਚਲੋ ਤੋ ਉਨਕੀ ਬੋਡੀ ਮਿਲੀ, ਇਤਨੀ ਬੁਰੀ ਹਾਲਤ ਮੇਂ ਉਨਕੀ ਬੋਡੀ ਮਿਲੀ ਹਮੇ।
बता नहीं सकती हमारे पापा के साथ इतना जुल्म और ज्यादती की है उन्होंने। बस हम इंसाफ चाहते हैं। रात को आपने ढूंढने की कोशिश की? हमने फोन किए थे, कभी किसी को किया, उन्होंने कहा कि दुकान तो बंद है, दुकान पे ताले लगे हुए हैं। तो रात का 1 बजे का टाइम था, तो हम उस वक्त बाहर कैसे जाते, हम घर में बैठे सोचते रहे, पढ़ते रहे कि चलो कहीं से आ जाएगा, कहीं से आ जाएगा। फिर सुबह जब थोड़ा अजानी हुई, उसके बाद हमने ढूंढना शुरू कर दिया। अजानी हुई तो उसके बाद तो हम चले गए ढूंढने के लिए, हम दुकान के पास चले गए वहां पे उन्हें ढूंढने के लिए। तो जब हम वहां दुकान पे पहुंचे तो दुकान पे ताले लगे हुए थे। आप कौन कौन गया दुकान पे उनके देखने के लिए? भाई गया था, जो एक बहन गई थी, दो भाई, एक दूसरा भाई, दो मोटरसाइकिल पे गए थे ना, दो बाइक गई थी, चार गए थे। तो आपने उनके फोन पे भी ट्राई नहीं किया, मोबाइल फोन नहीं? वो उन्होंने भाई को दे के फोन भेज दिया था, एक ही फोन था उनके पास, उन्होंने भाई को दे के भेज दिया था। अपना फोन बेटे को दे दिया कि जी चले जाओ घर। जी। और अपने पास नहीं रखा? नहीं, कहता आप चले जाओ मैं आ जाऊंगा। तो आते किस तरह से, मोटरसाइकिल चला के आते थे? पहले वो जब वो दोनों आते थे तो बाइक पे आते थे, किसी वक्त पहले भी ऐसा हो जाता था, पैसों की जरूरत होती थी तो अबू भाई को भेज देते थे कि घर जाके पैसे दे आओ, खर्चा दे के आओ मामा को। तो भाई अकेले आ जाते थे। पहले भी कई दफा ऐसा हुआ है, इस दफा भी ऐसा ही हुआ कि भाई पहले आ गया, पैसों की वजह से पहले वो आ गया, उसे कुछ पैसे दे के अबू ने भेज दिया, जाओ खर्चा दे के आओ घर, मैं तुम्हारे पीछे थोड़ी देर तक आ जाता हूँ। फिर उन्होंने फोन किया, अबू वैसे ही आ रहे थे, पता नहीं कैसे आ रहे थे, गाड़ी पे आ रहे थे कि रिक्शे पे आ रहे थे, हमें कोई पता ही नहीं कि वो वहां से कैसे निकले, कहाँ गए, कोई पता नहीं हमें। सुबह जब हमने उनकी बॉडी देखी तो इतनी बुरी हालत में थी उनकी बॉडी, हम तो सारी जिंदगी उनकी शक्ल को तरसते रह जाएंगे, हमें तो आखिरी दफा वो भी देखनी नसीब नहीं हुई। इतना बुरा हाल किया मेरे अब्बू का, ऐसा क्यों हो रहा है, हर जगह पे क्यों हो रहा है ऐसा। एक मजदूर इंसान मेहनत करके आ रहा है और उसे रास्ते में इस तरह उसका हाल कर दिया जाता है। हम वजीर अल्लाह से कहना चाहते हैं, ऐसा क्यों हो रहा है, उनकी मौजूदगी में ऐसा क्यों हो रहा है, क्यों कर रहे हैं वो लोगों के साथ जुल्म। उस वक्त जो मौजूदा सूरत हाल है वो यही कि अभी इनको पता नहीं है कि किसने कत्ल किया, क्यों किया, वजह क्या है। अगर यही भी पता चल जाए कि किसने कत्ल किया, क्या दुश्मनी थी, तो कम से कम ये तसल्ली हो जाती कि उनके कातिल जो है वो मिले, पता चला कि इसने किया और फिर उसके मुताबिक कानूनी कार्रवाई जो है वो सामने आए। लेकिन यहाँ पर तो पता नहीं चला अभी तक कि किसने किया, क्यों किया। और एक ऐसे शख्स को जो अपनी मेहनत मजदूरी करके वापस आ रहा था और उसने आके ख़ानदान के लिए कुछ कर रहा है, अपने ख़ानदान के लिए, बेटियाँ हैं उनकी, एक बेटा है जिससे अभी हम बात करेंगे, उसके साथ क्या दुश्मनी हो सकती है। आप इनकी वालदा हैं, जावेद साहब की मिसेज हैं। मैं उनकी बीवी हूं। हाँ। भाई मेरा बंदा सी रोजाना सुबह जाते सी, शाम नूर घर आ जाता सी, कभी ईशा की जान तो पिछे आ जाते सी, कभी पहले आ जाते सी, मतलब अपनी दुकान सी जो बंद करते सी आ जाते सी। मेरा बेटा सी एक दोवें अब्बू आपदे नाल मोटरसाइकिल ते जाते सी, घर आ जाते सी, असी डीकते रहना। अब हुण भी इस तरह ही होया है कि मेरिया बेटियां मिलन वास्ते आईया सी, दो शादीशुदा ने, तीन कुआरियां ने मेरिया बेटियां, अजे वो घर मिलन वास्ते शाम वेले आईया ने, उन्हें उतो बेटा कल दिता जा, तेरिया भैन घर आई तू चला जा। वो आ गया तो आप मैं हूने आ जाना, कोई बीविया बुढ़िया कमाल सींदे सी ना, तो लैन आन गई तो मैं आ जाऊँगा। असं आख्या चलो हूँ भी आ जाते ने, हूँ भी आ जाते ने, असं कोई 12 बजे तक इंतजार करते रहे, सानू कुछ नहीं वो आए गए। असं फिर वेह मेरा पुत्र लभदा लुभदा फिर इतने वेहदा बूंदा फिर उन्हें चरण भाई रात ज़्यादा हो गई है, मेरा पुत्र बहर जाता सी गड्डी लैके, मैं जान ना दिता। मैं आख्या कोई गल नहीं पुत्र, कोई पुलिस पुलिस वाले ने रोक लिया होगा,
ਪਹਿਲੇ ਵੀ ਕਦੇ ਰੋਕਿਆ ਸੀ ਪੁਲਿਸ ਵਾਲੇ? ਨਹੀਂ ਭਾਈ ਕਦੀ ਵੀ ਨਹੀਂ, ਇਸ ਦਫਾ ਮੇਰੇ ਢਿੱਡ ਵਿੱਚ ਸੀ, ਹੋਰ ਕਿਸੇ ਨੇ ਨਿਕਲ, ਮੈਂ ਐਸਾ ਚੱਲ ਅੱਛਾ ਕੋਈ ਨਹੀਂ, ਬੰਦੇ ਨੇ ਬੰਦਿਆਂ ਨੂੰ ਬੰਦੇ ਡੱਕ ਹੀ ਲੈਂਦੇ ਨੇ, ਕੋਈ ਗੱਲ ਨਹੀਂ, ਚਲੋ ਰੁਕ ਗਿਆ ਹੋਏਗਾ ਕਿਤੇ, ਤੇ ਚਲੋ ਸੁਬਹਾ ਆ ਜਾਏਗਾ ਜਾਂ ਪੁੱਤਰ ਵੇਖਣਾ, ਮੇਰਾ ਮੁੰਡਾ ਜਾਂਦਾ ਸੀ ਬਾਹਰ ਰਾਤ ਦੇ 12-1 ਵਜੇ ਲੱਭਣ, ਜਦੋਂ ਰਾਤ ਜ਼ਿਆਦੀ ਹੋ ਗਈ ਸੀ, ਫਿਰ ਅਸੀਂ ਜਾ ਨਾ ਸਕੇ, ਮੈਂ ਆਪਦੇ ਮੁੰਡੇ ਨੂੰ ਜਾਣ ਨਾ ਦਿੱਤਾ, ਜਦੋਂ ਸਰਗੀ ਹੋਈ ਹੈ ਫਿਰ ਅਸੀਂ ਉਦੋਂ ਭੱਜਣ ਲੱਗੇ ਹਾਂ, ਉਦੋਂ ਹੀ ਫਿਰ ਅਸੀਂ ਫੋਨ ਫਾਨ ਕੀਤੇ ਨੇ, ਅਤੇ ਉਦੋਂ ਭੱਜ ਕੇ ਲੱਭਣ ਲੱਗੇ ਹਾਂ ਫਿਰ, ਅਤੇ ਸਾਨੂੰ ਕੁਛ ਵੀ ਨਹੀਂ ਲੱਭਾ ਹੈਗਾ। ਸੁਬਹ ਦੇ ਟਾਈਮ ਤੁਸੀਂ? ਸੁਬਹ ਟਾਈਮ ਹੀ ਸਾਨੂੰ ਲਾਸ਼ ਮਿਲੀ ਹੈ। ਸਾਰੀ ਰਾਤ ਤੁਹਾਡੀ ਇਸ ਇੰਤਜ਼ਾਰ ਇਸ ਇੰਤਜ਼ਾਰ 'ਚ ਗੁਜ਼ਰੀ ਵੀਰੇ, ਅਸੀਂ ਘਰ ਹੀ ਰੋਂਦੀਆਂ ਡਬਾਂਦੀਆਂ ਰਹੀਆਂ, ਜਨਾਨੀਆਂ ਸਾਂ, ਇੱਕ ਮੇਰਾ ਪੁੱਤਰ, ਮੈਂ ਬਾਹਰ ਜਾਣ ਨਾ ਦਿੱਤਾ, ਦੀਵਾਰੀ ਵਾਰ ਫਿਰ ਮੈਂ ਕਿਹਾ ਰਸਤੇ 'ਚ ਕੋਈ ਇਹਨੂੰ ਫੜ ਲਵੇਗਾ। ਇਲਾਕਾ ਖਤਰਨਾਕ ਹੈ, ਪਹਿਲੇ ਵੀ ਵਾਰਦਾਤਾਂ ਹੁੰਦੀਆਂ? ਇੱਥੇ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਨੇ ਭਾਈ, ਵੀ ਐਕਸੀਡੈਂਟ ਹੋ ਗਿਆ, ਕੁਛ ਹੋ ਗਿਆ, ਅਤੇ ਉਹ ਇਸੀ ਵਜ੍ਹਾ ਤੋਂ ਜਾ ਨਹੀਂ ਨਾ ਦਿੱਤਾ ਕਿ ਚਲੋ ਅੱਛਾ ਸੁਬਹਾ ਹੋ ਜਾਏਗੀ। ਮੈਂ ਬੇਟਾ ਇਸ ਗੱਲ 'ਚ ਕੋਈ ਗੱਲ ਨਹੀਂ, ਬੰਦਿਆਂ ਨੂੰ ਬੰਦੇ ਡੱਕਦੇ ਹੀ ਹੁੰਦੇ ਨੇ, ਚਲੋ ਕੋਈ ਪੁਲਿਸ ਪੁਲੂਸ ਵਾਲਿਆਂ ਨੇ ਫੜ ਲਿਆ ਹੋਏਗਾ, ਚਲੋ ਸਵੇਰੇ ਮੈਂ ਹੁਣ ਵੀ ਕਿਹਾ ਆਪਦੇ ਪੁੱਤਰ ਨੂੰ, ਮੈਂ ਕਿਹਾ ਪੁੱਤਰ ਜਾਓ ਉੱਥੇ ਪੁੱਛੋ ਦੱਸੋ, ਕੋਈ ਉਹਨੇ ਵੇਖਣਾ, ਚਲੋ ਹੋ ਹੀ ਜਾਂਦਾ ਹੈ ਨਾ। ਮੈਂ ਇਸ ਢਿੱਡ ਵਿੱਚ ਸ਼ੱਕ ਸੀ ਕਿ ਚਲੋ ਸੁਬਹਾ ਆ ਜਾਣਗੇ, ਸਾਨੂੰ ਇਹ ਤਾਂ ਨਹੀਂ ਸੀ ਪਤਾ ਕਿ ਕਿਸੇ ਨੇ ਮਾਰ ਕੇ ਸੁੱਟ ਦਿੱਤਾ। ਮੇਰਾ ਇੱਕ ਹੀ ਪੁੱਤਰ ਹੈ, ਪੁੱਤਰ ਪੰਜ ਮੇਰੀਆਂ ਬੇਟੀਆਂ। ਰਾਤ ਨੂੰ ਕਦੇ ਜ਼ਿਹਨ 'ਚ ਖਿਆਲ ਵੀ ਨਹੀਂ ਆਇਆ ਕਿ ਇਸ ਤਰ੍ਹਾਂ ਵੀ ਹੋ ਸਕਦਾ? ਨਹੀਂ ਭਾਈ, ਸਾਡੇ ਦਿਨ 'ਚ ਕਾਹ ਤੋਂ ਖਿਆਲ ਆਉਣਾ ਸੀ, ਸਾਡੀ ਨਾ ਕਿਸੇ ਨਾਲ ਦੁਸ਼ਮਣੀ ਨਾ ਸਾਡਾ ਕਿਸੇ ਨਾਲ ਵੈਰ, ਮੇਰਾ ਬੰਦਾ ਤਾਂ ਐਡਾ ਚੰਗਾ ਸੀ ਕਿ ਭੈਣ ਨੂੰ ਭੈਣ, ਧੀ ਨੂੰ ਧੀ, ਉੱਥੇ ਦੁਕਾਨ 'ਤੇ ਬੀਬੀਆਂ ਬੁੜੀਆਂ ਹੀ ਆਉਂਦੀਆਂ ਸੀ, ਉਹਦੇ ਕੋਲ ਉਹਦਾ ਬੁੜੀਆਂ ਨਾਲ ਵਾਸਤਾ ਸੀ ਕਿ ਉਹਨੇ ਬੀਬੀ ਤੋਂ ਸਿਵਾ ਕਦੀ ਕਿਸੇ ਨੂੰ ਬੋਲੇ ਹੀ ਨਹੀਂ ਸਨ। ਬਾਜੀ ਮੈਡਮ, ਵੱਡੇ ਵੱਡੇ ਲੋਕ ਸੀ ਉੱਥੋਂ ਦੇ, ਉਹਨਾਂ ਨੇ ਮੈਡਮ ਜੀ ਤੁਸੀਂ ਆ ਜਾਓ ਦੁਕਾਨ 'ਤੇ, ਬਸ ਇਹੋ ਹੀ ਉਹਨਾਂ ਦਾ ਸੁਭਾਅ ਸੀ। ਉਹਨਾਂ ਨੇ ਘਰ ਵੀ ਕਿਤੇ ਕੋਈ ਦੁਸ਼ਮਣੀ ਵੀ ਨਹੀਂ ਸੀ, ਕਦੇ ਤੁਹਾਡੇ ਨਾਲ ਕੋਈ ਗੱਲ ਵੀ ਨਹੀਂ ਕੀਤੀ ਉਹਨਾਂ ਨੇ, ਕੁਝ ਵੀ ਸਾਡੇ ਨਾਲ ਤਾਮਨ ਬਤੇਰਾ ਕਰਦੇ ਕੀਤਾ ਹੈ, ਬਤੇਰਾ ਉਹਨਾਂ ਨੇ ਵੀ ਸਾਡੇ ਨਾਲ ਕੀਤਾ, ਉਹਨਾਂ ਨੇ ਵੀ ਜਿੰਨੇ ਉਹ ਵੀ ਵਿਚਾਰੇ ਦਾ ਹੁਣ ਵੀ ਕਰਨ ਤੇ ਸਾਨੂੰ ਕੁਝ ਲਵਾਉਣ। ਤੁਸੀਂ ਦੱਸੋ ਕਿ ਜਦੋਂ ਤੁਸੀਂ ਉੱਥੋਂ ਵਾਪਸ ਆਏ ਹੋ ਕੀ ਕਿਹਾ ਸੀ? ਮਾਈਕ ਲੈ ਲਓ। ਹਾਂਜੀ ਜੀ, ਉੱਥੋਂ ਜਦੋਂ ਮੈਂ ਵਾਪਸ ਆਇਆ ਉਹਨਾਂ ਨੂੰ ਛੱਡ ਕੇ ਮੈਂ ਆ ਗਿਆ, ਉਹਨਾਂ ਨੇ ਕਿਹਾ ਘੰਟੇ ਬਾਅਦ ਬੇਟਾ ਮੈਂ ਆ ਜਾਵਾਂਗਾ ਤੇਰੇ ਮਾਂ ਘਰ, ਤੂੰ ਚੱਲ ਆ ਜਾ। ਅੱਗੇ ਵੀ ਛੱਡ ਕੇ ਮੈਂ ਆ ਜਾਂਦਾ ਸੀ ਅਤੇ ਆ ਜਾਂਦੇ ਸਨ ਉੱਧਰੋਂ ਦੀ ਭੋਗਤੀਆਂ ਚੌਂਕ ਥਾਨੀ, ਮੈਂ ਕਿਹਾ ਚਲੋ ਠੀਕ ਕਿ ਮੈਂ ਪਹਿਲਾਂ ਚਲੇ ਜਾਂਦਾ ਵਾਂ ਅਤੇ ਆ ਜਾਣਗੇ, ਲੇਕਿਨ ਨਹੀਂ ਆਏ। ਉਹਨਾਂ ਨੂੰ ਮੇਰੇ ਮਾਮੂ ਉੱਥੋਂ ਦੁਕਾਨ ਤੋਂ ਜਲਿਆਣੇ ਪੁੱਲ 'ਤੇ ਛੱਡ ਕੇ ਗਏ ਨੇ, ਛੱਡ ਕੇ ਉਹ ਚਲੇ ਗਏ ਨੇ ਅੱਗੋਂ ਪੁੱਲ ਤੋਂ। ਉਹਨਾਂ ਨਾਲ ਪਤਾ ਨਹੀਂ ਕੀ ਹੋਇਆ, ਕੀ ਲੱਗਦਾ ਕਿ ਪੁੱਲ ਤੋਂ ਪੈਦਲ ਆ ਰਹੇ ਸੀ ਜਾਂ ਕਿਸੇ ਨੇ ਲਿਫਟ ਦਿੱਤੀ ਹੋਈ, ਕੁਛ ਵੀ ਨਹੀਂ ਪਤਾ ਉੱਥੋਂ। ਉਸ ਤੋਂ ਬਾਅਦ ਉਹਨਾਂ ਦਾ ਕੋਈ ਪਤਾ ਨਹੀਂ ਹੈਗਾ ਜਲਿਆਣੇ ਪੁੱਲ ਤੋਂ ਬਾਅਦ ਉਹ ਕਿੱਥੇ ਗਏ ਨੇ ਕਿੱਥੇ ਨਹੀਂ। ਅਤੇ ਰਾਇਮੰਡ ਰੋਡ 'ਤੇ ਉਹਨਾਂ ਦੀ ਲਾਸ਼ ਸੁਬਹਾ 7 ਵਜੇ ਸਾਨੂੰ SHO ਨੇ ਫੋਨ ਕਰਕੇ ਦੱਸਿਆ, ਰਾਇਮੰਡ ਦੇ SHO ਨੇ ਫੋਨ ਕਰਕੇ ਦੱਸਿਆ ਕਿ ਤੁਹਾਡੇ ਮਾਸਟਰ ਜਵੇਦ ਦੀ ਇੱਥੇ ਲਾਸ਼ ਪਈ। ਕਦੇ ਕੋਈ ਦੁਸ਼ਮਣੀ ਤੁਹਾਡੇ ਨਾਲ ਕਿਸੇ ਦੀ, ਕਿਸੇ ਨਾਲ ਲੜਾਈ ਕਦੇ ਇਸ ਇਲਾਕੇ 'ਚ? ਨਹੀਂ ਜੀ, ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਹੈਗੀ, ਕੋਈ ਲੜਾਈ ਨਹੀਂ ਕਿਸੇ ਨਾਲ ਹੈਗੀ। ਕਿਤੇ ਤਾਂ ਕੋਈ ਸ਼ੱਕ ਵੀ ਨਹੀਂ ਕਿਸੇ ਦੇ? ਨਹੀਂ ਜੀ, ਕੋਈ ਸ਼ੱਕ ਨਹੀਂ ਕਿਸੇ ਦੇ। ਸ਼ੱਕ ਵਗੈਰਾ ਤੇ ਹੋਣਾ ਹੋਏਗਾ ਨਾ? ਨਹੀਂ ਜੀ, ਮੈਨੂੰ ਉਹਨਾਂ ਨਾਲ 10 ਸਾਲ ਹੋ ਗਏ ਸਨ, ਮੈਨੂੰ ਉਹਨਾਂ ਨਾਲ ਕੰਮ ਕਰਦਿਆਂ ਨੂੰ, ਹਾਂ ਬਚਪਨ ਤੋਂ ਮੈਨੂੰ ਨਾਲ ਲੈ ਗਏ ਸਨ। ਅੱਛਾ, 10 ਸਾਲ ਹੋ ਗਏ ਸਨ ਮੈਨੂੰ ਉਹਨਾਂ ਦੇ ਨਾਲ, 24 ਘੰਟੇ ਮੈਂ ਉਹਨਾਂ ਦੇ ਨਾਲ ਹੀ ਹੁੰਦਾ ਸੀ, ਆਉਣਾ ਵੀ ਉਹਨਾਂ ਨਾਲ, ਜਾਣਾ ਵੀ ਉਹਨਾਂ ਦੇ ਨਾਲ। ਅਗਰ ਕੋਈ ਘਾਟਾ ਵਾਧਾ ਹੋ ਜਾਣਾ, ਕਦੀ ਉਹਨਾਂ ਨੇ ਸ਼ੋਪ 'ਤੇ ਰਹਿ ਪੈਣਾ, ਕਦੀ ਮੈਂ ਰਹਿ ਪੈਣਾ ਕੰਮ ਕਰਨ ਦੇ ਦੌਰਾਨ। ਲੇਡੀਜ਼ ਕਹਿੰਦੇ ਨੇ ਨਾ ਵੀ ਜੀ ਸਾਨੂੰ ਐਮਰਜੈਂਸੀ ਚਾਹੀਦਾ, ਫਿਰ ਦੇਣਾ ਪੈਂਦਾ, ਕੰਮ ਜੋ ਕਰਨਾ ਸੀ ਉਸ ਦਿਨ ਉਹਨਾਂ ਨੂੰ ਕੰਮ ਦੇਣਾ ਸੀ। ਆਖਰੀ ਪੀਸ ਉਹਨਾਂ ਦੇ ਹੱਥ ਦੇ ਵਿੱਚ ਲੈ ਗਿਆ ਅਤੇ ਮੈਨੂੰ ਕਹਿੰਦੇ ਬੇਟਾ ਤੂੰ ਚਲਾ ਜਾ ਅਤੇ ਮੈਂ ਤੇਰੇ ਮਗਰ ਆ ਜਾ।
ਉਹ ਨਹੀਂ ਆਏ, ਮੈਂ ਲੱਭਦਾ ਰਿਹਾ ਇੱਥੇ ਰੋਡ 'ਤੇ, ਉਹ ਫਾੜਕ ਤੱਕ ਗਿਆ ਕਿਤੇ ਮੈਨੂੰ ਨਹੀਂ ਮਿਲੇ। ਆ ਕੇ ਮੈਂ ਮੋਟਰਸਾਈਕਲ ਕੱਢਣ ਦੀ ਕੋਸ਼ਿਸ਼ ਕੀਤੀ ਕਿ ਮੈਂ ਵਾਪਸ ਜਾਵਾਂ ਪਿੱਛੇ ਦੁਕਾਨ 'ਤੇ, ਅਜੇ ਤੱਕ ਨਹੀਂ ਆਏ। ਅੰਮੀ ਨੇ ਕਿਹਾ ਨਹੀਂ ਆ ਜਾਂਦਾ ਹੁਣੇ, ਬਹਿ ਜਾ ਤੂੰ, ਆ ਜਾਂਦੇ ਨੇ, ਕੋਈ ਨਹੀਂ, ਕਿਤੇ ਲੇਟ ਹੋ ਗਿਆ ਆਉਣਗੇ, ਕੋਈ ਗੱਡੀ ਪੈਂਚਰ ਹੋ ਗਈ ਹੋਵੇਗੀ ਕਿਤੇ, ਜਿਨ੍ਹਾਂ ਨਾਲ ਬੈਠੇ ਹੋਣਗੇ। ਉਹ ਇਸ ਸੋਚ ਦੇ ਵਿੱਚ ਰਾਤ ਲੰਘ ਗਈ। ਸੁਬਹਾ ਅਸੀਂ ਢੂੰਡਣ ਨਿਕਲੇ ਹਾਂ ਅਤੇ ਐਸ ਐਚ ਓ ਨੇ ਫੋਨ ਕਰ ਦਿੱਤਾ ਹੈਗਾ ਕਿ ਜੀ ਅਤੇ ਉੱਥੇ ਪੁੱਲ 'ਤੇ ਕਿੰਨੇ ਵਜੇ ਲਾਇਆ ਤੁਹਾਡੇ ਮਾਮੂ ਨੇ? ਪੁੱਲ 'ਤੇ 8 ਵਜੇ ਉਹਨਾਂ ਲਾ ਦਿੱਤਾ ਸੀ। ਅੱਛਾ, ਰਾਤ 8 ਵਜੇ? ਹਾਂਜੀ, ਰਾਤ 8 ਵਜੇ ਉਹਨਾਂ ਲਾ ਦਿੱਤਾ ਸੀ।